ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਪਰਮੇਸ਼ ਵਰਮਾ ਜੋ ਕਿ ਮਕਬੂਲ ਗਾਇਕ ਨੇ, ਮੋਹਾਲੀ ਦੇ ਵਿੱਚ ਦੇਰ ਰਾਤ ਗੋਲੀ ਚਲਾਈ ਗਈ ਉਹਨਾਂ ਤੇ। ਪਰਮੇਸ਼ ਵਰਮਾ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਨੇ। ਫਿਲਹਾਲ ਪਰਮੇਸ਼ ਵਰਮਾ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਨੇ। ਔਰ ਸਾਡੇ ਜਾਣਕਾਰ ਦੇ ਲਈ ਗੱਲ ਕਰਾਂਗੇ ਸਾਡੇ ਸਹਿਯੋਗੀ ਦਲਜੀਤ ਸਾਡੇ ਨਾਲ ਜੁੜ ਚੁੱਕੇ ਨੇ। ਦਲਜੀਤ, ਘਟਨਾ ਦੇ ਬਾਰੇ ਕੀ ਜਾਣਕਾਰੀ ਹੈ, ਕੀ ਹੋਇਆ ਸੀ ਤੇ ਸਭ ਤੋਂ ਅਹਿਮ ਸਵਾਲ, ਪਰਮੇਸ਼ ਦੀ ਹਾਲਤ ਕਿਸ ਤਰ੍ਹਾਂ ਹੁਣ? ਦੇਖੋ ਗਗਨ, ਇਹ ਜਿਹੜੀ ਵਾਰਦਾਤ ਹੈ, ਰਾਤ ਤਕਰੀਬਨ 1:15 ਦੀ ਇਹ ਵਾਰਦਾਤ ਹੈ। ਪਰਮੇਸ਼ ਵਰਮਾ ਐਲੈਂਟੇ ਤੋਂ ਆਪਣਾ ਪ੍ਰੋਗਰਾਮ ਖਤਮ ਕਰਕੇ ਮੋਹਾਲੀ ਹੋਮਲੈਂਡ ਘਰ ਪਹੁੰਚਿਆ ਸੀਗਾ। ਉਹ ਤੋਂ ਬਾਅਦ ਉਹ JW ਮੈਟ ਦੇ ਵਿੱਚ ਖਾਣਾ ਖਾਣ ਵਾਸਤੇ ਗਏ। ਉਹ ਤੋਂ ਬਾਅਦ ਜਦੋਂ ਫਿਰ ਦੁਬਾਰੇ ਮੋਹਾਲੀ ਆਏ ਤਾਂ ਮੋਹਾਲੀ 1:15 ਜਦੋਂ ਉਹ ਜੀ ਅਨਪਛਾਤੀ I-20 ਕਾਰ ਆਈ ਤੇ I-20 ਕਾਰ ਨੇ ਜਿਹੜਾ ਹੈਗਾ ਗੋਲੀ ਦੀਆਂ ਬਰਸ਼ਾਰਾਂ ਉਹਨਾਂ ਦੀ ਗੱਡੀ ਤੇ ਕੀਤੀਆਂ। ਪਰਮੇਸ਼ ਨੂੰ ਜਿਹੜਾ ਹੈਗਾ ਫੋਰਟਿਸ ਹਸਪੀਟਲ ਦੇ ਵਿੱਚ ਲਿਜਾਇਆ ਗਿਆ। ਹੁਣ ਜਿਹੜੀ ਹਾਲਤ ਠੀਕ ਹੈਗੀ ਦੱਸਿਆ ਇਹਦਾ, ਖਤਰੇ ਤੋਂ ਬਾਹਰ ਹੈ, ਲੇਕਿਨ ਇਹ ਗੋਲੀਆਂ ਚਲਾਉਣ ਵਾਲੇ ਪੁਲਿਸ ਕਾਰਵਾਈ ਕੀ ਕਹਿੰਦੀ ਹੈ? ਪੁਲਿਸ ਦੇਖੋ, ਪੁਲ ਮੌਕੇ ਦੇ ਉੱਪਰ ਪੁਲਿਸ ਪਹੁੰਚ ਗਈ। ਮੌਕੇ ਦੇ ਉੱਪਰ SSP ਨੇ ਹੀ ਜਿਹੜਾ ਹੈਗਾ ਪਰਮੇਸ਼ ਵਰਮਾ ਨੂੰ ਜਿਹੜਾ ਹੈਗਾ ਫੋਰਟਿਸ ਹਸਪੀਟਲ ਦੇ ਵਿੱਚ ਪਹੁੰਚਾਇਆ। ਦੱਸਿਆ ਜਾ ਰਿਹਾ ਕਿ ਇਹਨੇ ਪਰਮੇਸ਼ ਨੇ ਪੁਲਿਸ ਨੂੰ ਇਹ ਦੱਸਿਆ ਕਿ ਉਹਨੂੰ ਪਹਿਲਾਂ ਵੀ ਥ੍ਰੈਟ ਆ ਰਹੀ ਸੀਗੀ ਮਾਰਨ ਦੀ, ਲੇਕਿਨ ਉਹਨੂੰ ਮੌਕੇ ਦੇ ਉੱਪਰ ਪਰਮੇਸ਼ ਨੂੰ ਕੁਝ ਗੈਂਗਸਟਰਾਂ ਦੀਆਂ ਫੋਟੋਆਂ ਵੀ ਦਿਖਾਈਆਂ ਗਈਆਂ ਪੁਲਿਸ ਵੱਲੋਂ ਵੀ, ਕਿਸੇ ਦੇ ਸ਼ੱਕ ਹੈਗਾ। ਲੇਕਿਨ ਉਹਨੇ ਇੱਕ ਸੰਪਰਕ ਨਾਮ ਦੇ ਇੱਕ ਗੈਂਗਸਟਰ ਜਿਹੜਾ ਹੈਗਾ ਉਹਦੇ ਉੱਪਰ ਵੀ ਸ਼ੱਕ ਜਤਾਇਆ ਹੈਗਾ ਵੀ ਹੋ ਸਕਦਾ ਕਿ ਜਿਹੜਾ ਇਹ ਹਮਲਾ ਕੀਤਾ ਹੈਗਾ ਉਸ ਵੱਲੋਂ ਜਿਹੜਾ ਕੀਤਾ ਗਿਆ ਹੋਵੇ। ਲੇਕਿਨ ਹੁਣ ਜੋ ਹੈਗਾ ਪੁਲਿਸ ਹਰ ਇੱਕ ਐਂਗਲ ਨਾਲ ਇਹ ਜਾਂਚ ਕਰ ਰਹੀ ਹੈ। ਪੁਲਿਸ ਵੱਲੋਂ ਅਲੱਗ ਅਲੱਗ ਟੀਮਾਂ ਜਿਹੜੀਆਂ ਗਠਿਤ ਕੀਤੀਆਂ ਗਈਆਂ ਹੈ ਤੇ ਕੌਣ ਇਹ ਹਮਲਾਵਰ ਸੀਗੇ, I-20 ਚ ਆਏ ਸੀਗੇ, ਜਿਨ੍ਹਾਂ ਨੂੰ ਇਹ ਅੱਧੀ ਰਾਤ ਨੂੰ 1:15 ਜਿਹੜੀ ਹੈ ਕਿ ਵਾਰਦਾਤ ਨੂੰ ਇਸ ਨੂੰ ਅੰਜਾਮ ਦਿੱਤਾ ਗਿਆ। ਤੁਸੀਂ ਦੱਸਿਆ ਦਲਜੀਤ ਕੇ ਪਹਿਲਾਂ ਵੀ ਥ੍ਰੈਟ ਆਈਆਂ ਸਨ ਜਾਨੋ ਮਾਰਨ ਦੀਆਂ, ਕਿਸ ਤਰ੍ਹਾਂ ਦੀਆਂ, ਕਿਸ ਤਰੀਕੇ ਦੇ ਨਾਲ ਥ੍ਰੈਟ ਦਿੱਤੀਆਂ ਗਈਆਂ ਸੀ? ਕਿ ਫੋਨ ਕਾਲ ਆਉਂਦੀ ਸੀ ਜਾਂ ਫਿਰ ਇਸ ਤਰ੍ਹਾਂ ਦੀ ਥ੍ਰੈਟਨਿੰਗ ਤੋਂ ਬਾਅਦ ਪਰਮੇਸ਼ ਦੇ ਵੱਲੋਂ ਸ਼ਿਕਾਇਤ ਨਹੀਂ ਕੀਤੀ ਗਈ ਪੁਲਿਸ ਦੇ ਵਿੱਚ? ਦੇਖੋ ਬਿਲਕੁਲ, ਰਾਤ ਹਜੇ ਪਰਮੇਸ਼ ਨੇ ਜਦੋਂ ਇਹ ਵਾਰਦਾਤ ਹੋਈ ਹੈ ਉਹ ਤੋਂ ਬਾਅਦ ਹੀ ਪੁਲਿਸ ਨੂੰ ਇਹ ਦੱਸਿਆ ਕਿ ਪਹਿਲਾਂ ਵੀ ਇਹਨੂੰ ਥ੍ਰੈਟਾਂ ਆਉਂਦੀਆਂ ਨਹੀਂ, ਇਹਦੀ ਜਿਹੜੀ ਜਾਣਕਾਰੀ ਉਹ ਜਿਹੜੀ ਪੁਲਿਸ ਨੂੰ ਦਿੰਦੇ ਰਹੇ ਹੈਗੇ ਤੇ। ਲੇਕਿਨ ਰਾਤ ਵੀ ਜਦੋਂ ਉਹ ਲੈਂਟੇ ਤੋਂ ਇਹ ਆਪਣਾ ਪ੍ਰੋਗਰਾਮ ਖਤਮ ਕਰਕੇ ਆਏ ਸੀਗੇ, ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਸ਼ੱਕ ਨਹੀਂ ਸੀਗਾ, ਕਿਉਂਕਿ ਜਦੋਂ ਹੋਮਲੈਂਡ ਦੇ ਵਿੱਚ ਪਹੁੰਚੇ ਉਹਨਾਂ ਨਾਲ ਜਿਹੜੇ ਬਾਡੀ ਗਾਰਡ ਹੁੰਦੇ ਆ ਉਹ ਵੀ ਨਾਲ ਹੁੰਦੇ ਆ। ਉਹ ਤੋਂ ਬਾਅਦ ਉਹ ਖਾਣਾ ਖਾਣ ਗਏ ਆ, ਉਦੋਂ ਉਸ ਟਾਈਮ ਜਿਹੜੇ ਉਹਦੇ ਨੇੜੇ ਬਾਡੀ ਗਾਰਡ ਨਾਲ ਨਹੀਂ ਸੀਗੇ। ਇਹ ਜਿਹੜੀ 1:15 ਦੀ ਇਹ ਵਾਰਦਾਤ ਹੈਗਾ ਤੇ ਅਲੱਗ ਅਲੱਗ ਜਿਹੜੇ ਗੈਂਗਸਟਰ ਨੇ ਜਿਸ ਏਰੀਏ ਦੇ ਜਾਂ ਹੋਰ ਨੇ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਉਹਨਾਂ ਨੂੰ ਦਿਖਾਈ ਜਾ ਰਹੀਆਂ, ਕਿਉਂਕਿ ਰਾਤ ਦਾ ਸਮਾਂ ਸੀਗਾ, ਹਜੇ ਤੱਕ ਕੋਈ ਉਹ ਪਛਾਣ ਨਹੀਂ ਸਕੇ ਵੀ ਕਿਸਨੇ ਜਿਹੜਾ ਹੈਗਾ ਇਹਨਾਂ ਨੂੰ ਅੰਜਾਮ ਦਿੱਤਾ ਹੈਗਾ। ਠੀਕ ਹੈ, ਤੁਸੀਂ ਦਲਜੀਤ ਲਗਾਤਾਰ ਇਸ ਖਬਰ ਦੇ ਨਾਲ ਬਣੇ ਰਹਿਣਾ। ਪਹਿਲਾਂ ਤੋਂ ਵੀ ਧਮਕੀਆਂ ਮਿਲ ਰਹੀਆਂ ਸਨ ਪਰਮੇਸ਼ ਨੂੰ, ਉਸਦੀਆਂ ਵਾਰ ਵਾਰ ਸ਼ਿਕਾਇਤਾਂ ਉਹਨਾਂ ਨੇ ਪੁਲਿਸ ਦੇ ਕੋਲ ਵੀ ਦਰਜ ਕਰਾਈਆਂ, ਲੇਕਿਨ ਪੁਲਿਸ ਕਾਰਵਾਈ ਇੱਥੇ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਕਿ ਸਮਾਂ ਰਹਿੰਦੇ ਹੀ ਕਿਉਂ ਕੋਈ ਪੁਖਤਾ ਬੰਦੋਬਸਤ ਕੀਤੇ ਨਹੀਂ ਗਏ। ਹੁਣ ਗੱਲ ਕਰਾਂ